ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਰੇਲ ਹਾਦਸੇ ਦੀ, ਜਿਸ ਦੇ ਵਿੱਚ 5 ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਕਰਨਾਟਕ ਦੀ ਸਰਕਾਰ ਦੇ ਵੱਲੋਂ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਕੰਨੜ ਲੋਕਾਂ ਨੂੰ ਜੋ ਰਾਖਵਾਂ ਕਰਨ ਦਿੱਤਾ ਗਿਆ ਉਹ ਬਿੱਲ ਸਰਕਾਰ ਨੇ ਵਾਪਸ ਲੈ ਲਿਆ ਹੈ। ਹਰਿਆਣਾ ਦੀ ਸਰਕਾਰ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਅਗਨੀਵੀਰਾਂ ਨੂੰ ਰਾਖਵਾਂ ਕਰਨ ਦੇਣ ਦਾ ਐਲਾਨ ਕਰ ਦਿੱਤਾ ਹੈ। ਤੇਲੰਗਾਨਾ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ 6,000 ਕਰੋੜ ਰੁਪਈਆ ਜਾਰੀ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਹੈ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਦੇ ਵੱਲੋਂ ਇਕੱਲਿਆਂ ਲੜੀਆਂ ਜਾਣਗੀਆਂ। ਬਿਕਰਮ ਮਜੀਠੀਆ SIT ਦੇ ਸਾਹਮਣੇ ਪੇਸ਼ ਨਹੀਂ ਹੋਏ, ਉਹਨਾਂ ਦੇ ਵੱਲੋਂ ਅਦਾਲਤ ਦੀ ਪੇਸ਼ੀ ਭੁਗਤੀ ਗਈ ਹੈ। 2 ਹੋਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਏ ਹਨ। ਕੇਂਦਰ ਸਰਕਾਰ ਦੀ ਚੇਤਾਵਨੀ ਤੋਂ ਬਾਅਦ ਖੁਦ ਮੈਦਾਨ ਦੇ ਵਿੱਚ ਕੁੱਦ ਪਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਰੇਲ ਹਾਦਸੇ ਤੋਂ ਕਰਦੇ ਹਾਂ। ਚੰਡੀਗੜ੍ਹ ਤੋਂ ਦਿਬਰੂਗੜ੍ਹ ਨੂੰ ਜਾਂਦੀ ਰੇਲ ਦੇ 15 ਦੇ ਕਰੀਬ ਡੱਬੇ ਪਟੜੀ ਤੋਂ ਲੱਥਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਗੋਂਡਾ ਮਾਨਕਪੁਰ ਨੇੜੇ ਇਹ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਹੁਣ 5 ਮੌਤਾਂ ਦੀ ਖਬਰ ਸਾਹਮਣੇ ਆ ਚੁੱਕੀ ਹੈ ਅਤੇ 25 ਦੇ ਕਰੀਬ ਗੰਭੀਰ ਜ਼ਖਮੀ ਯਾਤਰੀ ਦੱਸੇ ਜਾ ਰਹੇ ਨੇ। ਇਸ ਹਾਦਸੇ ਦੇ ਕਾਰਨ ਮਾਰਗ 'ਤੇ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਵੀ ਸੂਚਨਾ ਮਿਲੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਇਹ ਘਟਨਾ ਵਾਪਰੀ ਹੈ। ਮੁੱਖ ਮੰਤਰੀ ਯੋਗੀ ਆਦਿੱਤਨਾਥ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚਣ ਅਤੇ ਜ਼ਖਮੀਆਂ ਲਈ ਰਾਹਤ ਕਾਰਜ ਆਰੰਭਣ। ਰੇਲ ਗੱਡੀ ਚੰਡੀਗੜ੍ਹ ਤੋਂ ਹਫ਼ਤੇ ਦੇ ਵਿੱਚ 2 ਦਿਨ ਬੁੱਧਵਾਰ ਅਤੇ ਸ਼ਨਿਚਰਵਾਰ ਚੱਲਦੀ ਹੈ। ਇਸ ਗੱਡੀ ਦੇ ਚੰਡੀਗੜ੍ਹ ਤੋਂ ਬੁੱਧਵਾਰ ਦੇਰ ਰਾਤ ਚੱਲਣ ਦੀ ਖਬਰ ਹੈ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਦੱਸਿਆ ਹੈ ਕਿ ਰੇਲ ਹਾਦਸੇ ਦੇ ਵਿੱਚ 4 ਜਣਿਆਂ ਦੀ ਮੌਤ ਹੋਈ ਹੈ, ਜਦਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ 5 ਮੌਤਾਂ ਹੋ ਚੁੱਕੀਆਂ ਨੇ। ਜਿੱਥੇ ਇਹ ਗੱਡੀ ਪਟੜੀ ਤੋਂ ਲੱਥੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਗੱਡੀ ਦੇ ਵਿੱਚੋਂ ਛਾਲਾਂ ਮਾਰ ਦਿੱਤੀਆਂ ਗਈਆਂ। 15 ਡੱਬੇ, 3 AC ਡੱਬੇ ਹਨ ਇਹਨਾਂ 15 ਦੇ ਵਿੱਚ, ਜਿਹੜੇ ਕਿ ਪਟੜੀ ਤੋਂ ਲੱਥਣ ਦੀ ਖਬਰ ਸਾਹਮਣੇ ਆ ਰਹੀ ਹੈ। ਹੁਣ ਇੱਥੇ ਐਂਬੂਲੈਂਸਾਂ ਵੀ UP ਦੀ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਅਤੇ ਇੱਕ 40 ਮੈਂਬਰੀ ਮੈਡੀਕਲ ਟੀਮ ਵੀ ਭੇਜੀ ਗਈ ਹੈ। UP ਸਰਕਾਰ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਕੁਝ ਅਜਿਹੇ ਬਿੱਲ ਪਾਸ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸੂਬੇ ਦੇ ਲੋਕਾਂ ਨੂੰ ਨੌਕਰੀਆਂ ਦੇ ਵਿੱਚ ਰਾਖਵਾਂ ਕਰਨ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਪਰ ਇਹ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਕਰਨਾਟਕ ਦੀ ਸਰਕਾਰ ਦੇ ਵੱਲੋਂ ਇੱਕ ਬਿੱਲ ਪਾਸ ਕੀਤਾ ਗਿਆ, ਜਿਸ ਦੇ ਵਿੱਚ ਇਹ ਪ੍ਰਾਵਧਾਨ ਰੱਖਿਆ ਗਿਆ ਕਿ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ ਕੰਨੜ ਲੋਕਾਂ ਨੂੰ ਰਾਖਵਾਂ ਕਰਨ ਦਿੱਤਾ ਜਾਂਦਾ ਹੈ। ਇੱਥੋਂ ਤੱਕ ਆਖ ਦਿੱਤਾ ਗਿਆ ਕਿ ਜਿੰਨੀਆਂ ਵੀ ਫੈਕਟਰੀਆਂ ਹੋਣਗੀਆਂ, ਪ੍ਰਾਈਵੇਟ ਕੰਪਨੀਆਂ ਹੋਣਗੀਆਂ ਕਰਨਾਟਕ ਦੇ ਵਿੱਚ, ਉਹਨਾਂ ਨੂੰ 100% ਕਰਨਾਟਕ ਦੇ ਹੀ ਬਛਿੰਦੇ ਕੰਮ 'ਤੇ ਰੱਖਣੇ ਪੈਣਗੇ। ਮੁੱਖ ਮੰਤਰੀ ਕਰਨਾਟਕ ਦੇ ਉਹਨਾਂ ਦੇ ਵੱਲੋਂ ਇਸ ਸੰਬੰਧੀ ਇੱਕ ਟਵੀਟ ਵੀ ਕਰ ਦਿੱਤਾ ਗਿਆ, 100% ਕੰਨੜ ਰਾਖਵਾਂ ਕਰਨ ਨੂੰ ਲੈ ਕੇ। ਉਸ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ, ਸਨਅਤਕਾਰਾਂ ਦੇ ਵੱਲੋਂ, ਉਦਯੋਗਪਤੀਆਂ ਦੇ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਕਰਨਾਟਕ ਦੀ ਸਰਕਾਰ ਨੇ ਇਸ ਬਿੱਲ ਨੂੰ ਰੋਕ ਲਿਆ ਹੈ, ਭਾਵ ਇਸ ਨੂੰ ਲਾਗੂ ਕਰਨ 'ਤੇ ਰੋਕ ਲਾ ਦਿੱਤੀ ਹੈ। ਕਰਨਾਟਕ ਕੋਈ ਪਹਿਲੀ ਸਰਕਾਰ ਨਹੀਂ ਹੈ ਜਿਸ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ, ਬਹੁਤ ਸਾਰੇ ਸੂਬੇ ਨੇ।
ਹਾਲ ਹੀ ਦੇ ਵਿੱਚ ਹਰਿਆਣਾ ਦੀ ਸਰਕਾਰ ਨੂੰ ਵੀ ਅਦਾਲਤ ਤੋਂ ਝਟਕਾ ਲੱਗਾ ਸੀ। ਹਰਿਆਣਾ ਦੇ ਲੋਕਾਂ ਦੇ ਲਈ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ ਰਾਖਵਾਂ ਕਰਨ ਹਰਿਆਣਾ ਦੀ ਸਰਕਾਰ ਨੇ ਰੱਖਿਆ। ਮਾਮਲਾ ਅਦਾਲਤ ਦੇ ਵਿੱਚ ਗਿਆ ਤਾਂ ਉੱਥੋਂ ਮੂੰਹ ਦੀ ਖਾਣੀ ਪੈ ਗਈ ਹਰਿਆਣਾ ਦੀ ਸਰਕਾਰ ਨੂੰ, ਅਤੇ ਕਰਨਾਟਕ ਦੇ ਵਿੱਚ ਵੀ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ। ਪੰਜਾਬ ਦੇ ਵਿੱਚ ਵੀ ਲਗਾਤਾਰ ਇਹ ਮੰਗ ਉੱਠਦੀ ਰਹਿੰਦੀ ਹੈ ਕਿ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਮਾਨ ਸਰਕਾਰ 'ਤੇ ਇਹ ਇਲਜ਼ਾਮ ਲੱਗਦਾ ਹੈ ਕਿ ਹੋਰਨਾਂ ਸੂਬਿਆਂ ਦੇ ਵਿੱਚ ਵੋਟਾਂ ਲੈਣ ਦੀ ਖਾਤਰ ਸਰਕਾਰ ਦੇ ਵੱਲੋਂ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਰਾਖਵਾਂਕਰਨ ਦੀ ਨੀਤੀ ਸੂਬੇ ਦੇ ਵਿੱਚ ਲਾਗੂ ਕੀਤੀ ਜਾਣੀ ਚਾਹੀਦੀ ਹੈ, ਪਰ ਕਿਸੇ ਵੀ ਪੰਜਾਬ ਸਰਕਾਰ ਦੇ ਵੱਲੋਂ, ਨਾ ਕੈਪਟਨ ਸਰਕਾਰ, ਨਾ ਚੰਨੀ ਸਰਕਾਰ ਅਤੇ ਨਾ ਹੀ ਮਾਨ ਸਰਕਾਰ, ਕਿਸੇ ਵੀ ਸਰਕਾਰ ਦੇ ਵੱਲੋਂ ਅਜਿਹਾ ਰਾਖਵਾਂਕਰਨ ਲਾਗੂ ਕਰਨ ਦੇ ਵਿੱਚ ਕੋਈ ਵੀ ਹਾਮੀ ਨਹੀਂ ਭਰੀ ਜਾ ਰਹੀ ਹੈ, ਅਤੇ ਜਿਹੜੇ ਸੂਬੇ ਅਜਿਹੀ ਕੋਸ਼ਿਸ਼ ਕਰਦੇ ਹਨ ਉਹ ਵੀ ਕਾਮਯਾਬ ਹੁੰਦੇ ਨਜ਼ਰ ਨਹੀਂ ਆ ਰਹੇ। ਅੱਗੇ ਵੱਧਦੇ ਹਾਂ, ਗੱਲ ਜੇਕਰ ਰਾਖਵੇਂ ਕਰਨ ਦੀ ਕਰ ਰਹੇ ਹਾਂ ਨੌਕਰੀਆਂ ਦੇ ਵਿੱਚ, ਤਾਂ ਹਰਿਆਣਾ ਦੀ ਨੈਬ ਸੈਣੀ ਸਰਕਾਰ ਨੇ ਵੀ ਰਾਖਵਾਂਕਰਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਲੈ ਲਿਆ ਹੈ। ਅਗਨੀਵੀਰ ਯੋਜਨਾ ਜੋ ਕਿ ਬਹੁਤ ਇਸ ਵੇਲੇ ਚਰਚਾ ਦੇ ਵਿੱਚ ਚੱਲ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਆਖਿਆ ਸੀ ਅਸੀਂ ਅਗਨੀਵੀਰ ਯੋਜਨਾ ਵਾਪਸ ਨਹੀਂ ਲਵਾਂਗੇ, ਪਰ ਹੁਣ ਭਾਜਪਾ ਦੇ ਕੋਲ ਬਹੁਮਤ ਨਹੀਂ ਹੈ। ਜੋ ਗੱਠਜੋੜ ਦੇ ਭਾਈਵਾਲ ਨੇ ਉਹਨਾਂ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਗਨੀਵੀਰ ਯੋਜਨਾ ਦੇ ਬਾਰੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਕਰਕੇ ਭਾਜਪਾ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਅਗਨੀਵੀਰ ਯੋਜਨਾ ਨੂੰ ਜ਼ਿੰਦਾ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਅਗਨੀਵੀਰਾਂ ਨੂੰ 10% ਰਾਖਵਾਂਕਰਨ ਦਿੱਤਾ ਜਾਂਦਾ ਹੈ। ਕਿਹੜੀਆਂ ਸਰਕਾਰੀ ਨੌਕਰੀਆਂ? ਪੁਲਿਸ ਵਿੱਚ 10% ਰਾਖਵਾਂਕਰਨ, ਵਣ ਗਾਰਡ ਅਤੇ ਜੇਲ੍ਹਾਂ ਦੇ ਵਾਰਡਨ, ਇਹ ਸਰਕਾਰੀ ਨੌਕਰੀਆਂ ਹਨ ਜਿਨ੍ਹਾਂ ਦੇ ਵਿੱਚ ਅਗਨੀਵੀਰਾਂ ਨੂੰ 10% ਰਾਖਵਾਂਕਰਨ ਦੇਣ ਦਾ ਐਲਾਨ ਹਰਿਆਣਾ ਦੀ ਸਰਕਾਰ ਨੇ ਕਰ ਦਿੱਤਾ ਹੈ। ਭਾਵ ਜਦੋਂ ਵੀ ਪੁਲਿਸ ਦੀ ਭਰਤੀ ਹੋਵੇਗੀ 10% ਅਗਨੀਵੀਰ ਭਰਤੀ ਕੀਤੇ ਜਾਣਗੇ। ਅਜਿਹਾ ਹੀ ਲਾਗੂ ਹੋਵੇਗਾ ਵਣ ਗਾਰਡ ਅਤੇ ਜੇਲ੍ਹ ਵਾਰਡਨਾਂ ਦੀ ਭਰਤੀ 'ਤੇ 10% ਅਗਨੀਵੀਰਾਂ ਨੂੰ ਜਗ੍ਹਾ ਦਿੱਤੀ ਜਾਵੇਗੀ ਜਦੋਂ ਵੀ ਇਹ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਹਰਿਆਣਾ ਦੀ ਸਰਕਾਰ ਨੇ ਇਹ ਵੱਡਾ ਫੈਸਲਾ ਲੈ ਲਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਤੇਲੰਗਾਨਾ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ। ਤੇਲੰਗਾਨਾ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਵਾਅਦੇ ਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਮੁਆਫ ਕਰਾਂਗੇ। ਐਲਾਨ ਤਾਂ ਕੀਤਾ ਸੀ, ਪਰ ਹੁਣ ਸਰਕਾਰ ਨੇ 6000 ਕਰੋੜ ਰੁਪਈਆ ਜਾਰੀ ਵੀ ਕਰ ਦਿੱਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੈੱਡੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਪਹਿਲੇ ਫੇਜ਼ ਦੇ ਵਿੱਚ 1 ਲੱਖ ਤੱਕ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਾਂਗੇ। ਜਿਨ੍ਹਾਂ ਕਿਸਾਨਾਂ ਦੇ ਸਿਰ 1 ਲੱਖ ਰੁਪਏ ਤੱਕ ਦਾ ਕਰਜ਼ਾ ਹੈ, ਪਹਿਲੇ ਪੜਾਅ ਦੇ ਵਿੱਚ ਉਹਨਾਂ ਦਾ ਕਰਜ਼ਾ ਅਸੀਂ ਮੁਆਫ ਕਰਨ ਲਈ 6000 ਕਰੋੜ ਰੁਪਈਆ ਜਾਰੀ ਕਰ ਦਿੱਤਾ ਹੈ। ਉਸ ਤੋਂ ਬਾਅਦ ਦੂਜਾ ਪੜਾਅ ਵੀ ਇਸੇ ਮਹੀਨੇ ਹੀ ਅਸੀਂ ਸ਼ੁਰੂ ਕਰਾਂਗੇ, ਅਤੇ ਉਸ ਦੇ ਵਿੱਚ ਜਿਨ੍ਹਾਂ ਕਿਸਾਨਾਂ 'ਤੇ 2 ਲੱਖ ਤੱਕ ਦਾ ਕਰਜ਼ਾ ਹੋਵੇਗਾ ਉਹਨਾਂ ਦਾ ਵੀ ਕਰਜ਼ਾ ਮੁਆਫ ਕਰਾਂਗੇ। ਹਾਲ ਦੀ ਘੜੀ ਅਸੀਂ 1 ਲੱਖ ਤੱਕ ਦੇ ਕਰਜ਼ੇ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ 6000 ਕਰੋੜ ਰੁਪਈਆ ਜਾਰੀ ਕਰ ਦਿੱਤਾ ਹੈ। ਤੇਲੰਗਾਨਾ ਦੇ ਵਿੱਚ ਕਾਂਗਰਸ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ, ਇਸ ਕਰਕੇ ਉਸ ਦੇ ਵੱਲੋਂ ਵਾਅਦੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਤਾਂ ਜੋ ਬਾਕੀ ਸੂਬਿਆਂ ਦੇ ਵਿੱਚ ਵੀ ਤੇਲੰਗਾਨਾ ਦਾ ਮਾਡਲ ਵਿਖਾਇਆ ਜਾ ਸਕੇ ਕਿ ਵੇਖੋ ਅਸੀਂ ਜੋ ਵਾਅਦੇ ਕਰਦੇ ਹਾਂ ਉਹ ਪੂਰੇ ਵੀ ਕਰਦੇ ਹਾਂ, ਪਰ ਇਹ ਕਿੰਨੇ ਕੁ ਕਾਮਯਾਬ ਹੋਣਗੇ, ਇਹ ਮਾਡਲ ਦੂਜੇ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਕੰਮ ਆਏਗਾ ਜਾਂ ਫਿਰ ਨਹੀਂ, ਕੁਝ ਵੀ ਆਖਿਆ ਨਹੀਂ ਜਾ ਸਕਦਾ।
ਅਗਲੀ ਖਬਰ ਦੇ ਵੱਲ ਵਧਦੇ ਹਾਂ। ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਦੀ ਸਰਕਾਰ ਨੂੰ ਇੱਕ ਹੁਕਮ ਦਿੱਤਾ ਗਿਆ ਸੀ, ਹਫ਼ਤੇ ਦੇ ਵਿੱਚ ਵਿੱਚ ਸ਼ੰਭੂ ਦਾ ਬਾਰਡਰ ਖੋਲ੍ਹੋ, ਨੈਸ਼ਨਲ ਹਾਈਵੇ ਖੋਲ੍ਹੋ, ਤੁਸੀਂ ਇਸ ਨੂੰ ਬੰਦ ਨਹੀਂ ਰੱਖ ਸਕਦੇ। 17 ਜੁਲਾਈ ਨੂੰ ਇਸਦੀ ਡੈਡਲਾਈਨ ਸੀ, ਭਾਵ ਆਖਰੀ ਤਰੀਕ 17 ਜੁਲਾਈ ਸੀ ਜਦੋਂ ਇਹ ਹੁਕਮ ਨੂੰ ਫੋਲੋ ਕੀਤਾ ਜਾਣਾ ਸੀ, ਲਾਗੂ ਕੀਤਾ ਜਾਣਾ ਸੀ। ਪਰ ਹਰਿਆਣਾ ਦੀ ਸਰਕਾਰ ਦੇ ਵੱਲੋਂ ਅਜੇ ਤੱਕ ਵੀ, 17 ਜੁਲਾਈ ਤਾਂ ਲੰਘ ਚੁੱਕੀ ਹੈ, ਪਰ ਅਜੇ ਤੱਕ ਵੀ ਹਰਿਆਣਾ ਦੀ ਸਰਕਾਰ ਨੇ ਸ਼ੰਭੂ ਦਾ ਬਾਰਡਰ ਨਹੀਂ ਖੋਲ੍ਹਿਆ, ਜਿਸ ਨੂੰ ਲੈ ਕੇ ਹੁਣ ਹੁਕਮ ਅਦੂਲੀ ਦਾ ਨੋਟਿਸ ਐਡਵੋਕੇਟ ਉਦੇ ਪ੍ਰਤਾਪ ਸਿੰਘ ਦੇ ਵੱਲੋਂ ਹਰਿਆਣੇ ਦੀ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਕਿ 15 ਦਿਨਾਂ ਦੇ ਵਿੱਚ ਵਿੱਚ ਹਾਈ ਕੋਰਟ ਦਾ ਫੈਸਲਾ ਲਾਗੂ ਕਰ ਦਿਓ, ਭਾਵ ਸ਼ੰਭੂ ਬਾਰਡਰ ਖੋਲ੍ਹ ਦਿਓ, ਨਹੀਂ ਤਾਂ ਫਿਰ ਕੋਰਟ ਦਾ ਹੁਕਮ ਨਾ ਮੰਨਣ ਦਾ ਕੇਸ ਤੁਹਾਡੇ 'ਤੇ ਕਰ ਦੇਵਾਂਗੇ, ਤੁਹਾਡੇ ਖਿਲਾਫ ਅਦਾਲਤ ਦੇ ਵਿੱਚ ਅਦਾਲਤ ਦੀ ਅਵਮਾਨਣਾ ਦਾ ਅਸੀਂ ਕੇਸ ਪਾਵਾਂਗੇ। ਕਿਉਂਕਿ ਜਦੋਂ ਅਦਾਲਤ ਦੇ ਵੱਲੋਂ ਕੋਈ ਹੁਕਮ ਦਿੱਤਾ ਜਾਂਦਾ ਹੈ, ਜੇਕਰ ਉਸਦੀ ਤਾਮੀਲ ਨਾ ਹੋਵੇ ਤਾਂ ਉਸ ਨੂੰ ਕੰਟੈਂਪਟ ਆਫ ਕੋਰਟ ਵੀ ਮੰਨਿਆ ਜਾਂਦਾ ਹੈ, ਅਦਾਲਤ ਦੀ ਅਵਮਾਨਣਾ ਵੀ ਮੰਨਿਆ ਜਾਂਦਾ ਹੈ। ਹੁਣ ਐਡਵੋਕੇਟ ਨੇ ਨੋਟਿਸ ਭੇਜਿਆ ਹਰਿਆਣਾ ਦੀ ਸਰਕਾਰ ਨੂੰ, 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ ਹਰਿਆਣੇ ਦੀ ਸਰਕਾਰ ਨੇ, ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ 'ਤੇ ਕੋਈ ਸਟੇ ਨਹੀਂ ਦਿੱਤਾ, ਕੋਈ ਰੋਕ ਨਹੀਂ ਲਾਈ ਹੈ। ਇਸਦਾ ਮਤਲਬ ਇਹ ਹੈ ਕਿ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਆਪਣੇ ਆਪ ਹੀ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਹਰਿਆਣੇ ਦੀ ਸਰਕਾਰ ਨੇ। 15 ਦਿਨਾਂ ਦਾ ਅਲਟੀਮੇਟਮ ਮਿਲਿਆ ਹੈ, ਇਸ ਅਲਟੀਮੇਟਮ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਖੋਲ੍ਹਿਆ ਜਾਂਦਾ ਹੈ ਜਾਂ ਫਿਰ ਨਹੀਂ, ਸਮਾਂ ਦੱਸੇਗਾ। ਅੱਗੇ ਵਧਦੇ ਹਾਂ, ਹਰਿਆਣੇ ਦੀ ਜੇਕਰ ਗੱਲ ਕਰ ਰਹੇ ਹਾਂ, ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਆਗੂ ਸੁਸ਼ੀਲ ਗੁਪਤਾ, ਸੰਦੀਪ ਪਾਠਕ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਸਿੰਘ, ਇਹਨਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਗਿਆ, ਵਿਧਾਨ ਸਭਾ ਦੀਆਂ 90 ਸੀਟਾਂ ਹਨ, ਚੋਣਾਂ ਹੋਣ ਜਾ ਰਹੀਆਂ ਨੇ, ਆਮ ਆਦਮੀ ਪਾਰਟੀ ਇਕੱਲਿਆਂ ਇਹ ਚੋਣਾਂ ਲੜੇਗੀ। ਇਹ ਐਲਾਨ ਇਸ ਲਈ ਕਰਨਾ ਪਿਆ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਨਾਲ ਗੱਠਜੋੜ ਕੀਤਾ ਸੀ, 10 ਸੀਟਾਂ ਨੇ ਲੋਕ ਸਭਾ ਦੀਆਂ, 9 'ਤੇ ਕਾਂਗਰਸ ਲੜੀ, 5 ਜਿੱਤ ਗਈ ਅਤੇ 1 ਸੀਟ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਸੀ। ਸੁਸ਼ੀਲ ਗੁਪਤਾ ਲੜੇ ਸਨ, ਉਹਨਾਂ ਨੇ ਕਾਫੀ ਵੱਡੇ ਪੱਧਰ 'ਤੇ ਵੋਟਾਂ ਤਾਂ ਲਈਆਂ, 5 ਲੱਖ ਤੋਂ ਵੱਧ, ਪਰ ਛੋਟੇ ਜਿਹੇ ਮਾਰਜਨ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਨਵੀਨ ਜਿੰਦਲ ਤੋਂ ਚੋਣਾਂ ਹਾਰ ਗਏ ਸਨ, ਭਾਵ ਕਾਂਗਰਸ ਜਿੱਤ ਗਈ ਪਰ ਆਮ ਆਦਮੀ ਪਾਰਟੀ ਆਪਣੀ ਸੀਟ ਹਾਰ ਗਈ ਸੀ। ਇਸ ਕਰਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਅਸੀਂ ਗੱਠਜੋੜ ਨਹੀਂ ਕਰਾਂਗੇ ਕਿਉਂਕਿ ਕਾਂਗਰਸ ਅਤੇ ਭਾਜਪਾ ਹਰਿਆਣਾ ਦੀ ਬਰਬਾਦੀ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ, ਅਸੀਂ ਇਕੱਲਿਆਂ ਇਹ ਚੋਣਾਂ ਲੜਾਂਗੇ। ਭਗਵੰਤ ਮਾਨ, ਸੰਦੀਪ ਪਾਠਕ ਅਤੇ ਸੰਜੇ ਸਿੰਘ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਆਖਿਆ, ਬਦਲਾ ਲਿਆਵਾਂਗੇ ਪੰਜਾਬ ਤੋਂ ਬਾਅਦ, ਹੁਣ ਅਸੀਂ ਹਰਿਆਣੇ ਦੇ ਵਿੱਚ ਵੀ ਬਦਲਾ ਲਿਆਵਾਂਗੇ। ਅੱਧਾ ਹਰਿਆਣਾ ਲੱਗਦਾ ਹੈ ਦਿੱਲੀ ਨਾਲ, ਉੱਥੇ ਸਾਡੀ ਸਰਕਾਰ, ਅੱਧਾ ਹਰਿਆਣਾ ਲੱਗਦਾ ਹੈ ਪੰਜਾਬ ਨਾਲ, ਉੱਥੇ ਵੀ ਸਾਡੀ ਸਰਕਾਰ, ਹੁਣ ਤਾਂ ਸਾਡੀਆਂ ਰਿਸ਼ਤੇਦਾਰੀਆਂ ਵੀ ਹੈਗੀਆਂ ਨੇ ਹਰਿਆਣੇ ਦੇ ਵਿੱਚ, ਮੇਰੀ ਵੀ ਰਿਸ਼ਤੇਦਾਰੀ ਹੈਗੀ ਹੈ ਹਰਿਆਣੇ ਦੇ ਵਿੱਚ, ਇਸ ਕਰਕੇ ਹਰਿਆਣੇ ਦੇ ਲੋਕ ਵੀ ਬਦਲਾਅ ਭਾਲਦੇ ਨੇ। ਜਿਵੇਂ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆਂਦਾ ਹੈ, ਲੋਕ ਬੜੇ ਖੁਸ਼ ਨੇ ਪੰਜਾਬ ਦੇ, ਉਵੇਂ ਹੀ ਹਰਿਆਣੇ ਦੇ ਲੋਕ ਵੀ ਖੁਸ਼ ਹੋਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਤਾਂ ਖੇਤਰੀ ਪਾਰਟੀਆਂ ਨੂੰ ਵੀ ਮੌਕਾ ਦੇ ਕੇ ਵੇਖ ਲਿਆ, ਗੱਲ
ਨਹੀਂ ਬਣੀ ਹੈ। ਇਸ ਕਰਕੇ ਹੁਣ ਇਹ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਾ ਚਾਹੁੰਦੇ ਨੇ ਹਰਿਆਣਾ ਦੇ ਵਿੱਚ ਵੀ, ਜਿਵੇਂ ਦਿੱਲੀ ਅਤੇ ਪੰਜਾਬ ਦੇ ਵਿੱਚ ਲੋਕਾਂ ਨੇ ਸਰਕਾਰ ਲਿਆਂਦੀ ਹੈ। ਆਪ ਨੇ ਇਹ ਦਾਅਵਾ ਕੀਤਾ, ਨਾਰਾ ਦਿੱਤਾ ਗਿਆ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਮ 'ਤੇ, ਬਦਲਾਂਗੇ ਹਰਿਆਣੇ ਦਾ ਹਾਲ, ਹੁਣ ਲੈ ਕੇ ਆਵਾਂਗੇ ਕੇਜਰੀਵਾਲ। 20 ਜੁਲਾਈ ਤੋਂ ਹਰਿਆਣਾ ਦੇ ਵਿੱਚ ਅਸੀਂ ਆਪਣੀ ਚੋਣ ਮੁਹਿੰਮ ਵੀ ਸ਼ੁਰੂ ਕਰ ਦੇਵਾਂਗੇ। ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ। ਕੇਜਰੀਵਾਲ ਜੇਲ੍ਹ ਦੇ ਵਿੱਚ ਹਨ, ਇਸ ਕਰਕੇ ਹਰਿਆਣੇ ਦੀ ਚੋਣ ਸਾਰੀ ਭਗਵੰਤ ਮਾਨ ਦੇ ਵੱਲੋਂ ਲੜੀ ਜਾਵੇਗੀ, ਮੁੱਖ ਚਿਹਰਾ ਉਹ ਹੋਣਗੇ। ਪਰ ਮੁਸ਼ਕਲ ਇਹ ਹੈ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ SYL ਦੇ ਮੁੱਦੇ 'ਤੇ ਚੋਣ ਲੜੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਗਰੰਟੀ ਦਿੱਤੀ ਹੋਈ ਹੈ ਹਰਿਆਣੇ ਦੇ ਵਿੱਚ ਕਿ SYL ਨਹਿਰ ਅਸੀਂ ਬਣਾਵਾਂਗੇ, ਸਾਡੀ ਸਰਕਾਰ ਬਣਾ ਦਿਓ। ਸੁਸ਼ੀਲ ਗੁਪਤਾ ਉੱਥੋਂ ਦੇ ਮੁੱਖ ਲੀਡਰ ਹਨ ਹਰਿਆਣੇ ਦੇ, ਅਤੇ ਉਹਨਾਂ ਨੇ ਗਰੰਟੀ ਦਿੱਤੀ ਹੈ ਅਤੇ ਇਹ ਵੀ ਆਖਿਆ ਹੈ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣ ਗਈ ਹੈ, ਹਰਿਆਣੇ ਦੇ ਵਿੱਚ ਵੀ ਬਣਾ ਦਿਓ। SYL ਦਾ ਪਾਣੀ ਹਰਿਆਣੇ ਦੇ ਇੱਕ ਇੱਕ ਖਾਲ ਤੱਕ ਪਹੁੰਚਾ ਦੇਵਾਂਗੇ, ਇਹ ਗਰੰਟੀ ਦੇ ਕੇ ਆਪ ਚੋਣ ਲੜ ਰਹੀ ਹੈ ਹਰਿਆਣੇ ਦੇ ਵਿੱਚ। ਅਤੇ ਉਸੇ ਹੀ ਚੋਣ ਮੁਹਿੰਮ ਦੀ ਅਗਵਾਈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਾਵੇਗੀ। ਇਹ ਮੁਸ਼ਕਲ ਦਾ ਸਬੱਬ ਜ਼ਰੂਰ ਬਣ ਸਕਦਾ ਹੈ। ਪੱਤਰਕਾਰਾਂ ਨੇ ਜਦੋਂ ਭਗਵੰਤ ਮਾਨ ਤੋਂ SYL ਦੇ ਬਾਰੇ ਸਵਾਲ ਪੁੱਛਿਆ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਆਖਿਆ ਮਾਮਲਾ ਅਦਾਲਤ ਦੇ ਵਿੱਚ ਹੈ, ਮੈਂ ਇਸ ਦੇ ਬਾਰੇ ਕੁਝ ਨਹੀਂ ਬੋਲਾਂਗਾ। ਕੁਝ ਵੀ ਬੋਲਣ ਤੋਂ ਇਨਕਾਰ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ। ਅੱਗੇ ਵਧਦੇ ਹਾਂ। ਬੀਤੇ ਦਿਨੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਕਿ ਜਿਹੜੇ ਸੜਕੀ ਪ੍ਰੋਜੈਕਟ ਚੱਲ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਸਿਰੇ ਚੜਾਓ, ਨਹੀਂ ਤਾਂ ਰੱਦ ਕਰ ਦਿਆਂਗੇ, ਕਿਉਂਕਿ ਲਮਕੀ ਜਾਂਦੇ ਨੇ, ਲਟਕੀ ਜਾਂਦੇ ਨੇ ਬੜੀ ਦੇਰ ਦੇ। ਜ਼ਮੀਨਾਂ ਐਕੁਆਇਰ ਕਰਕੇ ਤੁਸੀਂ ਸੜਕਾਂ ਲਈ ਦੇ ਨਹੀਂ ਸਕਦੇ, ਫਿਰ ਅਸੀਂ ਪ੍ਰੋਜੈਕਟ ਅੱਗੇ ਕਿਵੇਂ ਵਧਾਵਾਂਗੇ, ਰੱਦ ਕਰ ਦਿਆਂਗੇ। 3300 ਕਰੋੜ ਦੇ ਪ੍ਰੋਜੈਕਟ 3 ਪਹਿਲਾਂ ਰੱਦ ਕੀਤੇ ਜਾ ਚੁੱਕੇ ਨੇ, 5000 ਕਰੋੜ ਦੇ ਪ੍ਰੋਜੈਕਟ ਹੋਰ ਵੀ ਕੇਂਦਰ ਸਰਕਾਰ ਦੀ ਨਿਗਾਹ ਦੇ ਵਿੱਚ ਹੈਗੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਰੱਦ ਕੀਤੇ ਜਾ ਸਕਦੇ ਨੇ ਜੇਕਰ ਪੰਜਾਬ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ। ਇਹ ਚੇਤਾਵਨੀ ਦਿੱਤੀ ਕੇਂਦਰ ਸਰਕਾਰ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ, ਮੈਂ ਖੁਦ ਇਸ ਦੇ ਵਿੱਚ ਹੁਣ ਆਪ ਅੱਗੇ ਹੋ ਕੇ ਕੰਮ ਕਰਾਂਗਾ। ਭਗਵੰਤ ਮਾਨ ਨੇ ਆਖਿਆ ਜੋ ਮੁਆਵਜ਼ਾ ਦਿੱਤਾ ਜਾਂਦਾ ਹੈ ਜ਼ਮੀਨ ਐਕੁਆਇਰ ਕਰਨ ਵੇਲੇ ਕਿਸਾਨਾਂ ਨੂੰ, ਉਹ ਵੱਖਰਾ ਵੱਖਰਾ ਹੁੰਦਾ ਹੈ। ਕਿਸਾਨ ਆਖਦੇ ਨੇ ਸਾਡੇ ਨਾਲ ਵਿਤਕਰਾ ਕਿਉਂ ਕਰ ਰਹੇ ਹੋ, ਇਸ ਕਰਕੇ ਹੁਣ ਮੈਂ ਖੁਦ ਇਹਨਾਂ ਕਿਸਾਨਾਂ ਦੇ ਨਾਲ ਮੁਲਾਕਾਤਾਂ ਕਰਾਂਗਾ, ਉਹਨਾਂ ਨੂੰ ਮਨਾਵਾਂਗਾ ਅਤੇ ਇਹ ਕੰਮ ਨੂੰ ਅੱਗੇ ਵਧਾਇਆ ਜਾਵੇਗਾ। ਮੁੱਖ ਮੰਤਰੀ ਨੇ ਆਪ ਮੈਦਾਨ ਦੇ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ। ਅੱਗੇ ਵਧਦੇ ਹਾਂ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ SIT ਦੇ ਵੱਲੋਂ ਨਸ਼ਾ ਤਸਕਰੀ ਮਾਮਲੇ ਦੇ ਵਿੱਚ 18 ਜੁਲਾਈ ਨੂੰ ਤਲਬ ਕੀਤਾ ਗਿਆ ਸੀ। ਮਜੀਠੀਆ SIT ਦੇ ਸਾਹਮਣੇ ਪੇਸ਼ ਨਹੀਂ ਹੋਏ, ਉਹ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਲਈ ਗਏ ਸਨ। ਜੋ ਉਹਨਾਂ ਨੇ ਮਾਣਹਾਨੀ ਦਾ ਕੇਸ ਸੰਜੇ ਸਿੰਘ 'ਤੇ ਪਾਇਆ ਹੋਇਆ ਹੈ, ਉਸ ਸੰਬੰਧੀ ਉਹਨਾਂ ਦੀ ਪੇਸ਼ੀ ਸੀ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ, ਅਤੇ ਮਜੀਠੀਆ ਅਦਾਲਤ ਦੀ ਪੇਸ਼ੀ ਭੁਗਤਣ ਪਹੁੰਚੇ। ਅਤੇ ਖਬਰ ਇਹ ਆ ਰਹੀ ਹੈ ਕਿ ਮਜੀਠੀਆ ਦੇ ਵੱਲੋਂ SIT ਨੂੰ ਚਿੱਠੀ ਲਿਖ ਕੇ ਕੋਈ ਹੋਰ ਤਰੀਕ ਮੰਗੀ ਗਈ ਹੈ, ਕਿਉਂਕਿ ਉਹਨਾਂ ਨੇ ਅਦਾਲਤ ਦੀ ਪੇਸ਼ੀ ਭੁਗਤਣੀ ਸੀ। ਪੇਸ਼ੀ ਭੁਗਤਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਉਹ ਆਖਦੇ ਨੇ ਮੈਨੂੰ ਫਸਾਉਣ ਨੂੰ ਫਿਰਦਾ ਹੈ ਮੁੱਖ ਮੰਤਰੀ।
ਭਗਵੰਤ ਮਾਨ ਉਸ ਨੂੰ ਪਤਾ ਹੈ 18 ਤਰੀਕ ਨੂੰ ਇਸ ਦੀ ਪੇਸ਼ੀ ਹੈ, ਪੇਸ਼ ਨਾ ਹੋਇਆ, ਸੰਜੇ ਸਿੰਘ ਦੇ ਖਿਲਾਫ ਕੇਸ ਕਮਜ਼ੋਰ ਹੋ ਜਾਣਾ ਹੈ, ਇਸ ਕਰਕੇ ਉਸਨੇ SIT ਤੋਂ ਕਹਾ ਕੇ ਮੈਨੂੰ 18 ਜੁਲਾਈ ਨੂੰ ਤਲਬ ਕਰਵਾ ਲਿਆ। ਪਰ ਮੇਰੇ ਕੋਲ ਵੀ ਵਕੀਲ ਹੈਗੇ ਨੇ, ਇੰਨਾ ਦਿਮਾਗ ਤਾਂ ਮੇਰਾ ਵੀ ਕੰਮ ਕਰਦਾ ਹੈ, ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ। ਇਸ ਕਰਕੇ ਮੈਂ ਅਦਾਲਤ ਦੀ ਪੇਸ਼ੀ ਦੇ ਵੱਲ ਆਇਆ ਹਾਂ, SIT ਦੇ ਵੱਲੋਂ ਮੈਨੂੰ ਕਿਸੇ ਹੋਰ ਤਰੀਕ ਨੂੰ ਸੱਦਿਆ ਜਾਵੇ ਮੈਂ ਜ਼ਰੂਰ ਪੇਸ਼ ਹੋਵਾਂਗਾ, ਪਰ ਭਗਵੰਤ ਮਾਨ ਆਪ ਹੀ SIT ਦਾ ਹੈੱਡ ਬਣੇ ਤਾਂ ਸਵਾਦ ਆਵੇ, ਉਹ ਪੈਗ ਲਾ ਕੇ ਆਵੇ, ਫਿਰ ਦੋ ਦੋ ਹੱਥ ਹੋਣ ਉਹਦੇ ਅਤੇ ਮੇਰੇ ਵਿਚਕਾਰ, ਸਵਾਦ ਤਾਂ ਆਉਣਾ ਹੈ। ਕਿ ਪਿੱਛੇ ਲੋਕੇ SIT ਨੂੰ ਹੁਕਮ ਦਿੰਦਾ ਫਿਰਦਾ ਹੈ, ਸਿੱਧਾ ਆ ਕੇ ਮੇਰੇ ਨਾਲ ਦੋ ਦੋ ਹੱਥ ਕਰੇ। ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁਖੀਏ ਲਈ ਇਹ ਭਾਸ਼ਾ ਵਰਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਅਧਿਆਪਕਾਂ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਲਜਾਂ ਦੀ ਗੈਸਟ ਫੈਕਲਟੀ ਦੇ ਵੱਲੋਂ ਸੰਗਰੂਰ ਵਾਲੇ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ। ਇਹ ਅਧਿਆਪਕ ਪ੍ਰਦਰਸ਼ਨਕਾਰੀ ਆਖਦੇ ਹਨ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਕਾਰਜਕਾਰੀ VC ਹੈ ਕਮਲ ਕਿਸ਼ੋਰ ਯਾਦਵ, ਉਸ ਦੇ ਵੱਲੋਂ ਸਾਨੂੰ ਕੱਚੇ ਕਾਮਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ, ਸਾਡੀਆਂ ਕੱਚੀਆਂ ਨੌਕਰੀਆਂ ਵੀ ਖੋਣ ਦੀ ਕੋਸ਼ਿਸ਼ ਇਸ VC ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਰਕਾਰ ਦਾ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਹੈ। ਅਸੀਂ ਲਗਾਤਾਰ ਸਰਕਾਰ ਦੇ ਧਿਆਨ ਦੇ ਵਿੱਚ, ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ, ਪਰ ਸਰਕਾਰ ਧਿਆਨ ਹੀ ਨਹੀਂ ਦਿੰਦੀ ਇੱਧਰਲੇ ਪਾਸੇ। ਇਸ ਕਰਕੇ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਹੀ ਅਸੀਂ ਕੱਚੇ ਹਾਂ, ਗੈਸਟ ਫੈਕਲਟੀ ਹਾਂ, ਅਤੇ ਕੱਚਿਆਂ ਨੂੰ ਵੀ ਇਹ ਨੌਕਰੀਆਂ ਕੱਢਣ ਨੂੰ ਫਿਰਦੇ ਨੇ, ਇੰਝ ਕਿਵੇਂ ਚੱਲੇਗਾ? ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੇ ਵਿੱਚ ਦਖਲ ਦੇਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨੇ ਇਹ ਮੰਗ ਰੱਖੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਕ੍ਰਾਂਤੀ ਲਿਆਂਦੀ ਹੈ। ਕਿਹੜੀ ਕਿਹੜੀ ਕ੍ਰਾਂਤੀ? ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ। ਸਰਕਾਰੀ ਹਸਪਤਾਲ ਅਸੀਂ ਪ੍ਰਾਈਵੇਟ ਹਸਪਤਾਲਾਂ ਤੋਂ ਵਧੀਆ ਬਣਾ ਰਹੇ ਹਾਂ, ਪਰ ਤਸਵੀਰਾਂ ਖਬਰਾਂ ਅਜਿਹੀਆਂ ਆ ਜਾਂਦੀਆਂ ਨੇ ਕਿ ਪੋਲ ਖੁੱਲ੍ਹ ਜਾਂਦੀ ਹੈ। ਸਿਵਲ ਹਸਪਤਾਲ ਗੁਰਦਾਸਪੁਰ ਤੋਂ ਤਸਵੀਰਾਂ ਸਾਹਮਣੇ ਆ ਗਈਆਂ ਜਿੱਥੇ ਆਪਰੇਸ਼ਨ ਥੀਏਟਰਾਂ ਦੇ AC ਖਰਾਬ ਹੋਇਆਂ ਨੂੰ ਹਫ਼ਤਾ ਬੀਤ ਗਿਆ ਅਤੇ ਅਜੇ ਤੱਕ AC ਠੀਕ ਨਹੀਂ ਕਰਵਾਏ ਗਏ, ਨਾ ਹੀ ਬਦਲੇ ਗਏ, ਜਿਸ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਕਰ ਦਿੱਤੀ, ਆਖਿਆ ਓਪਰੇਸ਼ਨ ਹੀ ਨਹੀਂ ਕਰਾਂਗੇ। ਡਾਕਟਰ ਆਖਦੇ ਨੇ AC ਬਹੁਤ ਜ਼ਰੂਰੀ ਹੈ, ਓਪਰੇਸ਼ਨ ਕਰਦੇ ਵੇਲੇ ਮੁੜਕਾ ਨਹੀਂ ਆਉਣਾ ਚਾਹੀਦਾ, ਨਾ ਡਾਕਟਰ ਨੂੰ ਅਤੇ ਨਾ ਹੀ ਮਰੀਜ਼ ਨੂੰ। ਇਨਫੈਕਸ਼ਨ ਹੋ ਸਕਦੀ ਹੈ, ਜਾਨ ਨੂੰ ਖਤਰਾ ਹੋ ਸਕਦਾ ਹੈ, ਪਰ ਪ੍ਰਸ਼ਾਸਨ ਸਮਝਦਾ ਹੀ ਨਹੀਂ। ਹਫ਼ਤਾ ਹੋ ਗਿਆ ਆਖਦਿਆਂ ਨੂੰ, ਕਿਸੇ ਨਾ ਕਿਸੇ ਤਰੀਕੇ ਅਸੀਂ ਟਾਈਮ ਪਾਸ ਕੀਤਾ ਕਿ ਚਲੋ ਕਰੀ ਜਾਂਦੇ ਹਾਂ, ਓਪਰੇਸ਼ਨ ਕਰੀ ਜਾਂਦੇ ਹਾਂ, ਪਰ ਕੋਈ ਸੁਣਦਾ ਹੀ ਨਹੀਂ। ਇਹ ਠੀਕ ਨਹੀਂ ਹੋ ਰਹੇ, AC ਠੀਕ ਕਰਵਾਏ ਜਾਣੇ ਚਾਹੀਦੇ ਨੇ, ਡਾਕਟਰਾਂ ਨੇ ਓਪਰੇਸ਼ਨ ਬੰਦ ਕਰ ਦਿੱਤੇ। ਲੋਕ ਆਖਦੇ ਨੇ ਸਾਨੂੰ ਕਿਉਂ ਮਾਰਨਾ ਤੁਸੀਂ, ਬੱਚਿਆਂ ਦੀਆਂ ਡਿਲੀਵਰੀਆਂ ਨਹੀਂ ਹੋ ਰਹੀਆਂ ਉੱਥੇ। ਜੇਕਰ ਕਿਸੇ ਦੀ ਜਾਨ ਅਜਿਹੇ ਹਾਲਾਤ ਦੇ ਵਿੱਚ ਚਲੀ ਜਾਂਦੀ ਹੈ, ਜ਼ਿੰਮੇਵਾਰ ਕੌਣ ਹੋਏਗਾ? ਲੋਕਾਂ ਨੇ ਇਹ ਸਵਾਲ, ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਇਹ ਸਵਾਲ ਪੁੱਛਿਆ ਹੈ। SMO ਨੇ ਆਖਿਆ ਚੰਡੀਗੜ੍ਹ ਤੋਂ ਟੀਮ ਆਉਣੀ ਹੈ, ਹੋ ਸਕਦਾ ਹੈ ਸ਼ਾਮ ਨੂੰ ਆ ਜਾਵੇ। AC ਠੀਕ ਕਰਨ ਵਾਲੇ ਟੈਕਨੀਸ਼ੀਅਨ ਵੀ ਸੱਦੇ ਹਨ, ਉਹ ਵੀ ਛੇਤੀ ਆ ਜਾਣਗੇ ਅਤੇ ਏਸੀਆਂ ਨੂੰ ਠੀਕ ਕਰ ਦਿੱਤਾ ਜਾਵੇਗਾ। SMO ਨੂੰ ਕੋਈ ਢੁੱਕਵਾਂ ਜਵਾਬ ਨਹੀਂ ਸੁੱਝਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਜਲੰਧਰ ਦੀ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕਦਮ ਇਹ ਚੁੱਕਿਆ ਗਿਆ ਕਿ ਜਿੱਥੇ ਜਲੰਧਰ ਦੇ ਵਿੱਚ ਸ਼ਹਿਰ ਦੇ ਵਿੱਚ ਐਂਟਰੀ ਹੁੰਦੀ ਹੈ, ਉੱਥੇ ਨਾਕਾ ਲਾ ਦਿੱਤਾ ਗਿਆ ਹੈ।
ਅਤੇ ਈ ਚਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ 'ਤੇ ਹੀ ਈ ਚਲਾਨ ਕਰ ਦਿੱਤਾ ਜਾਵੇਗਾ। ਜਲੰਧਰ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਈ ਚਲਾਨ ਵਾਲੀਆਂ ਮਸ਼ੀਨਾਂ ਜਲੰਧਰ ਪੁਲਿਸ ਦੇ ਕੋਲ ਪਹੁੰਚ ਚੁੱਕੀਆਂ ਨੇ ਅਤੇ ਐਂਟਰੀ 'ਤੇ ਹੀ ਨਾਕਾ ਲੱਗ ਗਿਆ ਹੈ। ਪੁਲਿਸ ਆਖਦੀ ਹੈ ਕਿ ਇਹ ਮਸ਼ੀਨਾਂ ਦੇ ਨਾਲ ਲੋਕਾਂ ਨੂੰ ਵੀ ਆਸਾਨੀ ਹੋਵੇਗੀ। ਮੌਕੇ 'ਤੇ ਹੀ ਚਲਾਨ ਵੀ ਕੱਟ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਚਾਹੁੰਦਾ ਹੈ ਤਾਂ ਮੌਕੇ 'ਤੇ ਚਲਾਨ ਦਾ ਭੁਗਤਾਨ ਵੀ ਹੋ ਸਕਦਾ ਹੈ। ਫਿਰ RTO ਦਫ਼ਤਰ ਨਹੀਂ ਜਾਣਾ ਪਵੇਗਾ। ਭਾਵੇਂ ਆਪਣੇ ਡੈਬਿਟ ਕਾਰਡ ਦੇ ਨਾਲ ਪੇਮੈਂਟ ਕਰ ਲਓ, ਭੁਗਤਾਨ ਕਰ ਲਓ, ਭਾਵੇਂ UPI ਦੇ ਜ਼ਰੀਏ ਪੇਮੈਂਟ ਔਨਲਾਈਨ ਤੁਸੀਂ ਕਰ ਲਓ, RTO ਨਹੀਂ ਜਾਣਾ ਪਵੇਗਾ। ਪਰ ਜਿਹੜਾ ਕੋਈ ਕਾਨੂੰਨ ਦੇ ਮੁਤਾਬਕ RTO ਜਾਣਾ ਬਣਦਾ ਹੈ ਉਸ ਨੂੰ ਤਾਂ ਜਾਣਾ ਹੀ ਪਵੇਗਾ। ਪਰ ਹੁਣ ਅਸੀਂ ਸਖਤੀ ਕਰਾਂਗੇ, ਜਲੰਧਰ ਦੇ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਬਖਸ਼ਾਂਗੇ ਨਹੀਂ। ਜਲੰਧਰ ਦੀ ਪੁਲਿਸ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ। ਅੱਗੇ ਵਧਦੇ ਹਾਂ। ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਮੌਤਾਂ ਦਾ ਸਿਲਸਿਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਵੀ ਨਸ਼ੇ ਦੇ ਕਰਕੇ 2 ਮੌਤਾਂ ਦੀਆਂ ਖਬਰਾਂ ਸਾਹਮਣੇ ਆ ਗਈਆਂ ਨੇ। ਇੱਕ ਅੰਮ੍ਰਿਤਸਰ ਅਤੇ ਇੱਕ ਲੁਧਿਆਣਾ ਜ਼ਿਲ੍ਹੇ ਤੋਂ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਪਿੰਡ ਧਾਰੜ ਤੋਂ ਸੁਖਵਿੰਦਰ ਸਿੰਘ ਨਾਮਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਜੋਧਾ ਨਗਰੀ ਦਾ ਵਾਸੀ ਉਹ ਦੱਸਿਆ ਜਾ ਰਿਹਾ ਹੈ। ਨਸ਼ੇ ਦੇ ਕਰਕੇ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਲੋਕਾਂ ਨੇ ਉਹੀ ਮੰਗ ਰੱਖੀ ਹੈ, ਨਸ਼ਾ ਸ਼ਰੇਆਮ ਵਿਕਦਾ ਹੈ, ਨਸ਼ਾ ਬੰਦ ਹੋਣਾ ਚਾਹੀਦਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਲਵਾਰਾ ਦਾ ਵੀ ਇੱਕ ਨੌਜਵਾਨ 27 ਸਾਲਾ ਤਰਲੋਚਨ ਉਰਫ ਰਾਜੂ, ਉਸਦੀ ਵੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆ ਗਈ ਹੈ। ਉੱਥੋਂ ਦੇ ਲੋਕਾਂ ਨੇ ਵੀ ਆਖਿਆ ਨਸ਼ਾ ਸ਼ਰੇਆਮ ਵਿਕਦਾ ਹੈ, ਕੋਈ ਰੋਕਦਾ ਨਹੀਂ, ਕੋਈ ਟੋਕਦਾ ਨਹੀਂ, ਨਸ਼ਾ ਬੰਦ ਹੋਣਾ ਚਾਹੀਦਾ ਹੈ। ਮੁੱਖ ਵਿਰੋਧੀ ਧਿਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਹੈ, ਸੀਰੀਅਸ ਹੋ ਜਾਓ, ਸੰਜੀਦਾ ਹੋ ਜਾਓ, ਹੁਣ ਹੋਰ ਕੋਈ ਪੋਲੀਟੀਕਲ ਸਟੰਟ ਪਬਲਿਸਿਟੀ ਸਟੰਟ ਨਾ ਕਰਿਓ, ਸੱਚਮੁੱਚ ਹੀ ਨਸ਼ੇ ਨੂੰ ਰੋਕੋ, ਬਹੁਤ ਮੌਤਾਂ ਹੋ ਗਈਆਂ, ਹੁਣ ਬਸ ਕਰੋ, ਸਟੰਟ ਬੰਦ ਕਰੋ ਅਤੇ ਕੰਮ ਕਰੋ, ਜ਼ਮੀਨੀ ਪੱਧਰ 'ਤੇ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਤਾਂ ਘੱਟੋ ਘੱਟ ਕਰੋ। ਰਾਜਾ ਵੜਿੰਗ ਨੇ ਇਹ ਨਸੀਹਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਹੈ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।